वन वेलकम और वेलकम बैक टू माय चैनल बीए सेमेस्टर 4 शब्द श्रेणियां ਅਸੀਂ ਵਿਆਕਰਣ ਦਾ ਭਾਗ ਕਰ ਰਹੇ ਹਾਂ ਪੰਜਾਬੀ ਲਾਚਮੀ ਲਈ ਜਿਸ ਦੇ ਵਿੱਚ ਆਪਾਂ ਅੱਜ ਨਾਵ ਪੜਨਾਵ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਕਵਰ ਕਰਾਂਗੇ 1 ਬਾਈ 1 ਟੌਪਿਕਸ ਆਣਗੇ ਸੋ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਸ਼ਬਦ ਸ਼੍ਰੇਣੀਆਂ ਹੁਣ ਦੇਖੋ ਭਾਸ਼ਾ ਜਿਹੜੀ ਹੈ ਮੂਹ ਉਚਾਰੀਆਂ ਧੁਨੀਆਂ ਨਾਲ ਬੰਡੀ ਹੈ ਜਿਹੜੀ ਵੀ ਮੂਹ ਤੋਂ ਅਸੀਂ ਧੁਨੀ ਉਚਾਰਦੇ ਹਾਂ ਕੋਈ ਵੀ ਅੱਖਰ ਉਚਾਰਦੇ ਜਿਵੇਂ ਕਿ ਜੱਜਾ ਠੀਕ ਹੈ ਫੇਰ ਅਸੀਂ ਕਿਹਾ ਕਿ ਲੱਲਾ ਤਾਂ ਜਦੋਂ ਅਸੀਂ ਇਹਨਾਂ ਨੂੰ ਜੋੜਦੇ ਹਾਂ ਧੁਨੀਆਂ ਨੂੰ ਜਜਾ ਇੱਕ ਧੁਨੀਆ ਲੱਲਾ ਇੱਕ ਧੁਨੀਆ ਤਾਂ ਜਲ ਬਣ ਗਿਆ ਯਾਨੀ ਕਿ ਇੱਕ ਸ਼ਬਦ ਬਣ ਗਿਆ ਲੇਕਿਨ ਜਦੋਂ ਮੈਂ ਕਿਹਾ ਕਿ ਮੈਂ ਜਲ ਪੀਤਾ ਤਾਂ ਉਹ ਕੀ ਬਣ ਗਿਆ ਵਾਕ ਤਾਂ ਧੁਨੀਆਂ ਤੋਂ ਬਣਦੇ ਨੇ ਸ਼ਬਦ ਸ਼ਬਦ ਤੋਂ ਬਣਦੇ ਨੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਵਾਕ ਬਣਦੇ ਆ ਧੁਨੀਆਂ ਦੇ ਸੰਯੋਗ ਜਿਹੜੇ ਨੇ ਸ਼ਬਦਾਂ ਦੀ ਸਿਰਜਣਾ ਕਰਦੇ ਨੇ ਜਦੋਂ ਧਨੀਆਂ ਆਪਸ ਵਿੱਚ ਮਿਲਦੀਆਂ ਨੇ ਜਿਵੇਂ ਕਿ ਕ ਕ ਸ ਸ ਕ ਕ ਰ ਵ ਡ ੜ ਇਹ ਧੁਨੀਆਂ ਨੇ ਇਹਨਾਂ ਦਾ ਆਪਣੇ ਆਪ ਦੇ ਵਿੱਚ ਜਿਹੜਾ ਹੈ ਕੋਈ ਅਰਥ ਨਹੀਂ ਹੁੰਦਾ ਪਰ ਜਦੋਂ ਇਹ ਧੁਨੀਆਂ ਹੋਰ ਸ਼ਬਦਾਂ ਨੂੰ ਬਣਾਉਂਦੀਆਂ ਨੇ ਤਾਂ ਤੇ ਇਹਨਾਂ ਦੇ ਅਰਥ ਹੁੰਦੇ ਨੇ ਜਿਵੇਂ ਕਿ ਸਕੂਲ ਕਿਤਾਬ ਵਿਦਿਆਰਥੀ ਤਾਂ ਸ਼ਬਦਾਂ ਦੇ ਜਿੰਨੇ ਵੀ ਸਮੂਹ ਨੇ ਉਹ ਸਮੂਹ ਵਾਕ ਦੀ ਸਿਰਜਣਾ ਕਰਦੇ ਨੇ ਪਾਸ਼ਾ ਦੇ ਮੁੱਖ ਚਾਰ ਰੰਗ ਹੁੰਦੇ ਨੇ ਧੁਨੀ ਸ਼ਬਦ ਵਾਕ ਤੇ ਅਰਥ ਠੀਕ ਹੈ ਜਿਵੇਂ ਜ ਜ ਕੀ ਹੈ ਧੁਨੀ ਲ ਲ ਕੀ ਹੈ ਧੁਨੀ ਤਾਂ ਇਸ ਤੋਂ ਬਣ ਗਿਆ ਜਲ ਠੀਕ ਹੈ ਮੈਂ ਜਲ ਪੀਤਾ ਏ ਕੀ ਬਣ ਗਿਆ ਵਾਕ ਤਾਂ ਅਗਰ ਇਹਦਾ 파ਰਥ ਕਢੀਏ ਤਾਂ ਕਿ ਵੀ ਪਾਣੀ ਜਿਹੜਾ ਹੈ ਜਲ ਪੀ ਲਿਆ ਮੈਂ ਤਾਂ ਅੱਗੇ ਜਿਹੜੇ ਨੇ ਵਾਕ ਵਿੱਚ ਸ਼ਬਦ ਕਿਸੇ ਨਿਸ਼ਚਿਤ ਤਰਤੀਬ ਦੇ ਦੁਆਰਾ ਹੀ ਵਰਤੇ ਜਾਂਦੇ ਨੇ ਇਹਨਾਂ ਤਰਤੀਬਾਂ ਨੂੰ ਜਾਣਨ ਲਈ ਵਿਆਕਰਣਕਾਰਾਂ ਨੇ ਜਿਹੜਾ ਹੈ ਇਹਨਾਂ ਨੂੰ ਕੁਝ ਸ਼੍ਰੇਣੀਆਂ 'ਚ ਵੰਡਤਾ ਸ਼ਬਦ ਸ਼੍ਰੇਣੀਆਂ ਨੂੰ ਵਿਆਕਰਣਕ ਇਕਾਈਆਂ ਸ਼੍ਰੇਣੀਆਂ ਵੀ ਕਿਹਾ ਜਾਂਦਾ ਹੈ ਨਾਉ ਪੜਨਾਵ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਅਤੇ ਯੋਜਕ ਨਾਵ ਨੂੰ ਪੜਾਂਗੇ ਤਾਂ ਨਾਮ ਜਿੰਨਾ ਵੀ ਅਸੀਂ 9th 10th ਚ ਪੜਿਆ ਤੁਸੀਂ ਸੇਮ ਡਿੱਟੋ ਉਹ ਉਹ ਵੀ ਲਿਖ ਸਕਦੇ ਹੋ 9ਵੀਂ 10ਵੀਂ ਦੀ ਕਿਤਾਬ ਵੀ ਪੜ ਸਕਦੇ ਹੋ ਤਾਂ ਵਿਆਕਰਣ ਦੀ ਨਾਮ ਸ਼੍ਰੇਣੀ ਵਿੱਚ ਉਹ ਸ਼ਬਦ ਰੱਖਿਆ ਜਾਂਦਾ ਹੈ ਜਿਹੜਾ ਕਿਸੇ ਮਨੁੱਖ ਵਸਤੂ ਥਾਂ ਨੂੰ ਪ੍ਰਗਟ ਕਰਦਾ ਹੈ ਤੁਸੀਂ ਸੌਖੇ ਜਿਹੇ ਵਰਡਸ ਅਪਾ ਇਹ ਵੀ ਲਿਖ ਸਕਦੇ ਆ ਕਿ ਉਹ ਸ਼ਬਦ ਜਿਹੜੇ ਸਾਨੂੰ ਕਿਸੇ ਮਨੁੱਖ ਵਸਤੂ ਥਾਂ ਪਦਾਰਥ ਦਾ ਬੋਧ ਕਰਾਉਂਦੇ ਨੇ ਉਹਨਾਂ ਨੂੰ ਅਸੀਂ ਨਾਮ ਆਖਦੇ ਆ ਜਾਂ ਫਿਰ ਉਹਨਾਂ ਨੂੰ ਨਾ ਵਾਕ ਕਿਹਾ ਜਾਂਦਾ ਹੈ ਜਿਵੇਂ ਕਿ ਰਮਨਦੀਪ ਕੌਰ ਅਮਨਦੀਪ ਸਿੰਘ ਬਿਆਸ ਮੋਗਾ ਪਟਿਆਲਾ ਅਤੇ ਨਾਲ ਹੀ ਹੋਰ ਵੀ ਜਿਹੜੇ ਸ਼ਬਦ ਆਉਂਦੇ ਨੇ ਤਾਂ ਅਸੀਂ ਉਹਨਾਂ ਲਈ ਵਰਤ ਸਕਦੇ ਹਾਂ ਠੀਕ ਹੈ ਜਿਵੇਂ ਕੁਝ ਖਾਸ ਚੀਜ਼ ਦਾ ਬੋਧ ਕਰਾਉਂਦੇ ਨੇ ਮਨੁੱਖ ਦਾ ਥਾਂ ਦਾ ਬੋਧ ਕਰਾਉਂਦੇ ਨੇ ਇਸ ਤੋਂ ਇਲਾਵਾ ਕਿਤਾਬ ਕੁਰਸੀ ਚਿੜੀ ਹਵਾ ਚਾਨਣ ਵੀ ਜਿਹੜੇ ਨੇ ਨਾਮ ਨੇ ਨਾਵ ਦੀਆਂ ਸ਼੍ਰੇਣੀਆਂ ਜਿਹੜੀਆਂ ਨੇ ਪੰਜ ਤਰੀਕੇ ਨਾਲ ਅਸੀਂ ਇਹਨਾਂ ਨੂੰ ਜਿਹੜਾ ਹੈ ਵੰਡ ਸਕਦੇ ਹਾਂ ਪੰਜ ਕਿਸਮਾਂ ਨੇ ਨਾਵ ਦੀਆਂ ਨਿੱਜ ਯਾਨੀ ਕਿ ਖਾਸ ਨਾਵ ਜਾਤੀਵਾਦਕ ਨਾਮ ਸਮੂਹਵਾਚਕ ਨਾਮ ਪਦਾਰਥਵਾਦਕ ਨਾਮ ਅਤੇ ਭਾਵਵਾਚਕ ਨਾਮ ਠੀਕ ਹੈ ਜਿਵੇਂ ਇੱਥੇ ਲਿਖਿਆ ਤੁਸੀਂ ਉਵੇਂ ਵੀ ਲਿਖ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਦੱਸਿਆ ਤੁਸੀਂ ਉਦਾਂ ਵੀ ਲਿਖ ਸਕਦੇ ਹੋ ਨਿੱਜਵਾਚਕ ਯਾਨੀ ਕਿ ਖਾਸ ਨਾਮ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਖਾਸ ਮਤਲਬ ਨਿੱਜ ਕਿਸੇ ਖਾਸ ਚੀਜ਼ ਲਈ ਵਰਤਾ ਜਾ ਰਿਹਾ ਹੈ ਜਿਹੜੇ ਸ਼ਬਦ ਸਾਨੂੰ ਕਿਸੇ ਵਿਅਕਤੀ ਖਾਸ ਵਿਅਕਤੀ ਖਾਸ ਵਸਤੂ ਖਾਸ ਚੀਜ਼ ਕਿਸੇ ਖਾਸ ਜਾਨਵਰ ਦੇ ਬਾਰੇ ਜਿਹੜੇ ਨਿੱਦਸਾਉਂਦੇ ਨੇ ਤਾਂ ਉਹਨਾਂ ਨੂੰ ਅਸੀਂ ਖਾਸ ਨਾਮ ਕਹਿੰਦੇ ਆ ਜਿਵੇਂ ਕਿ ਪੰਜਾਬ ਪਟਿਆਲਾ ਤੇਗ ਫਤਿਹ ਸਿੰਘ ਅਮਾਨਤ ਕੌਰ ਮੀਤ ਤਾਂ ਇੱਕ ਖਾਸ ਨਾਮ ਹੈ ਖਾਸੀਅਤ ਇਹ ਹੈ ਕਿ ਇਹ ਕਦੇ ਬਹੁਵਚਨੀ ਬਣਦਾ ਠੀਕ ਹੈ ਜਿਵੇਂ ਕਿ ਤੇਗ ਫਤਿਹ ਦਾ ਤੇਗ ਫਤਿਹ ਆ ਨਹੀਂ ਬਣਦਾ ਪਟਿਆਲੇ ਪਟਿਆਲਾ ਦਾ ਕਦੇ ਪਟਿਆਲੇ ਨਹੀਂ ਬਣਦਾ ਠੀਕ ਹੈ ਤਾਂ ਬਹੁਵਚਨੀ ਪਟਿਆਲੇ ਦਾ ਬਣਦੇ ਪਟਿਆਲਾ ਇੱਕੋ ਇਹਦਾ ਬਹੁਵਚਨ ਨਹੀਂ ਬਣੇਗਾ ਪੰਜਾਬ ਇੱਕੋ ਇਹਦਾ ਬਹੁਵਚਨ ਨਹੀਂ ਬਣੇਗਾ ਤਾਂ ਖਾਸੀਅਤ ਖਾਸ ਨਾਮ ਦੀ ਇਹ ਹੁੰਦੀ ਹੈ ਕਿ ਇਹ ਕਦੇ ਵੀ ਜਿਹੜਾ ਹੈ ਬਹੁਵਚਨ ਚ ਨਹੀਂ ਹੁੰਦਾ ਜਾਤੀ ਬੋਧਕ ਨਾਮ ਜਿਨ੍ਹਾਂ ਦੀ ਗਿਣਤੀ ਸੰਭਵ ਹੁੰਦੀ ਹੈ ਪਾਵ ਵਿਅਕਤੀਆਂ ਜਾਨਵਰਾਂ ਆਦਿ ਦੀ ਪੂਰੀ ਸ਼੍ਰੇਣੀ ਲਈ ਜਿਹੜਾ ਹੈ ਨਾਮ ਨੂੰ ਜਿਹੜਾ ਵਰਤਿਆ ਜਾਂਦਾ ਉਸ ਨੂੰ ਅਸੀਂ ਜਾਤੀ ਬੋਧਕ ਨਾਮ ਕਹਿੰਦੇ ਆ ਜੇ ਇੱਥੇ ਜਿਹੜੀ ਇਹ ਗਿਣਤੀ ਸੰਭਵ ਹੁੰਦੀ ਹੈ ਅਸੀਂ ਗਿਣ ਸਕਦੇ ਹਾਂ ਜਾਤੀ ਦੇ ਵਿੱਚ ਅਸੀਂ ਗਿਣ ਸਕਦੇ ਆ ਜਿਵੇਂ ਕਿ ਦੇਸ਼ ਕਿੰਨੇ ਨੇ ਸ਼ਹਿਰ ਕਿੰਨੇ ਨੇ ਪਹਾੜ ਕਿੰਨੇ ਨੇ ਖਿਡਾਰੀ ਕਿੰਨੇ ਨੇ ਮੇਜ਼ ਕੁਰਸੀਆਂ ਇਹ ਸਾਰੇ ਕਿੰਨੇ ਜਾਤੀ ਪੋਤਕ ਇਹਨਾਂ ਦਾ ਕੀ ਬਣ ਸਕਦਾ ਹੈ ਬਹੁਵਚਨ ਦੇਸ਼ ਦਾ ਦੇਸ਼ਾਂ ਸ਼ਹਿਰ ਦਾ ਸ਼ਹਿਰਾਂ ਤੇ ਇਹ ਜਿਹੜਾ ਹੈ ਆਪਾਂ ਇੱਕ ਗਾਂ ਲਈ ਜਿਹੜਾ ਹੈ ਆਪਾਂ ਕੀ ਵਰਤਦੇ ਹਾਂ ਗਾਂ ਬਹੁਤ ਸਾਰੀਆਂ ਲਈ ਜਿਹੜਾ ਹੈ ਜਦੋਂ ਜਾਤੀ ਦੇਖੀਏ ਤਾਂ ਅਸੀਂ گاਵਾ ਬਣਾ ਦਿੰਨੇ ਹਾਂ ਨਾ ਤਾਂ ਇਸ ਤਰ੍ਹਾਂ ਜਿਹੜਾ ਹੈ ਆਪਾਂ ਜਾਤੀ ਬੋਧਕ ਦੇ ਵਿੱਚ ਇਹਨਾਂ ਦੀ ਗਿਣਤੀ ਕਰ ਸਕਦੇ ਹਾਂ ਪਲੱਸ ਜਿਹੜਾ ਹੈ ਬਹੁਵਚਨ ਬਣਾ ਸਕਦੇ ਹਾਂ ਜਿਹੜਾ ਕਿ ਖਾਸ ਨਾਮ 'ਤੇ ਨਹੀਂ ਬਣਦਾ ਬਹੁਵਚਨ ਸਮੂਹ ਜਿਹੜਾ ਹੈ ਇਕੱਠਾ ਹੇੜ ਲਈ ਇਕੱਠੇ ਸਮੂਹ ਲਈ ਇਕੱਠੀ ਸ਼੍ਰੇਣੀ ਲਈ ਇਕੱਠੀ ਜਿਹੜੇ ਜਾਤੀ ਲਈ ਵਰਤਿਆ ਜਾਂਦਾ ਹੈ ਕਿ ਅਸੀਂ ਕਿਸੇ ਖਾਸ ਸ਼੍ਰੇਣੀ ਸਮੂਹ ਦੀ ਗੱਲ ਕਰ ਰਹੇ ਜਿਵੇਂ ਜਮਾਤ ਕੰਪਨੀ ਟੀਮ ਵਗ੍ਹਾ ਹੇੜ ਵਾੜਾ ਜੰਝ ਠੀਕ ਹੈ ਡਾਰ ਹਾਊਸ ਲਈ ਤਾਂ ਇਹ ਜਿਹੜਾ ਹੈ ਸਮੂਹਵਾਚਕ ਇਹ ਸਿਰਫ ਗਿਣੀਆਂ ਵਸਤੂਆਂ ਦੇ ਲਈ ਹੀ ਵਰਤਿਆ ਜਾਂਦਾ ਜਿਹੜੀਆਂ ਅਸੀਂ ਗਿਣ ਸਕਦੇ ਹਾਂ ਤੇ ਉੱਪਰ ਵਾਲੇ ਚ ਜਿਹੜਾ ਸੀਗਾ ਆ ਆਪਾਂ ਕੀ ਕਰ ਸਕਦੇ ਸੀ ਜਾਤੀ ਦੇ ਵਿੱਚ ਵੀ ਆਪਾਂ ਗਿਣਤੀ ਜਿਹੜੀ ਸੀ ਸੰਭਵ ਸੀ ਸਮੂਹ ਦੇ ਵਿੱਚ ਵੀ ਜਿਹੜਾ ਹੈ ਗਿਣੀਆਂ ਵਸਤੂਆਂ ਦੇ ਲਈ ਜਿਹੜਾ ਹੈ ਇਹ ਵਰਤ ਸਕਦੇ ਆ ਮਿਣੀਆਂ ਤੋਲੀਆਂ ਚੀਜ਼ਾਂ ਲਈ ਨਹੀਂ ਵਰਤਦੇ ਮਿਣੀਆਂ ਤੋਲੀਆਂ ਚੀਜ਼ਾਂ ਲਈ ਅਸੀਂ ਪਦਾਰਥਵਾਚਕ ਨਾਮ ਟਰਾਂਕ ਕਿਉਂਕਿ ਪਦਾਰਥ ਜਿਹੜਾ ਹੈ ਤੋਲਿਆ ਜਾ ਸਕਦਾ ਹੈ ਠੀਕ ਹੈ ਲੇਕਿਨ ਸਮੂਹ ਦੇ ਵਿੱਚ ਜਿਹੜਾ ਹੈ ਅਸੀਂ ਤੋਲ ਨਹੀਂ ਸਕਦੇ ਮਿਣ ਨਹੀਂ ਸਕਦੇ ਉਹਨਾਂ ਲਈ ਇਸ ਦੇ ਵਿੱਚ ਨਹੀਂ ਰੱਖਦੇ ਇਸ ਦੇ ਵਿੱਚ ਅਸੀਂ ਰੱਖਦੇ ਹਾਂ ਸਿਰਫ ਗਿਣੀਆਂ ਜਾਣ ਵਾਲੀਆਂ ਜਿਵੇਂ ਕਿ ਦੋ ਟੀਮਾਂ ਚਾਰ ਟੀਮਾਂ ਕਿ ਕਿ ਦੋ ਜਮਾਤਾਂ ਚਾਰ ਜਮਾਤਾਂ ਇਸ ਤਰ੍ਹਾਂ ਪਦਾਰਥਵਾਦ ਦੇ ਵਿੱਚ ਅਸੀਂ ਕੀ ਹੈਗੇ ਤ올ੀਆਂ ਮਣੀਆਂ ਜਾਣ ਵਾਲੀਆਂ ਵਸਤੂਆਂ ਲਈ ਇਸ ਨੂੰ ਵਰਤਿਆ ਜਾਂਦਾ ਪਦਾਰਥ ਬੋਧਕ ਤਾਂ ਇਹ ਜਿਹੜੀ ਕੋਈ ਵੀ ਥਾਂ ਘੇੜਦੀ ਹੈ ਵਸਤੂ ਤਾਂ ਉਹਦੇ ਲਈ ਵੀ ਜਿਹੜਾ ਹੈ ਪਦਾਰਥ ਬੋਧਕ ਨਾਮ ਅਸੀਂ ਵਰਤਦੇ ਹਾਂ ਜਿਵੇਂ ਕਿ ਦੁੱਧ ਪਾਣੀ ਤੂੜੀ ਤੇਲ ਗੁੜਖੰਡ ਸ਼ੱਕਰ ਇਹ ਸਾਰੇ ਕਿਹਨੇ ਪਦਾਰਥ ਤਾਂ ਇਹ ਪਦਾਰਥ ਬੋਧਕ ਨਾਮ ਦਾ ਜਿਹੜਾ ਹੈ ਉਦਾਹਰਨਾਂ ਨੇ ਅਸਲ ਵਿੱਚ ਨਾਮ ਜਿਹੜਾ ਹੈ ਜਾਤੀ ਬੋਧਕ ਨਾਵਾਂ ਦੀ ਹੀ ਇੱਕ ਸ਼੍ਰੇਣੀ ਹੈ ਠੀਕ ਹੈ ਇਹ ਵਾਲਾ ਨਾਮ ਹੈ ਨਾ ਜਿਹੜਾ ਪਦਾਰਥ ਬੋਧਕ ਇਹ ਇੱਕ ਤਰ੍ਹਾਂ ਜਾਤੀਵਾਚਕ ਦੇ ਵਾਂਗੂ ਹੀ ਆ ਆਪਣਾ ਜਿਹੜਾ ਆਪਾਂ ਪਿੱਛੇ ਕਰਕੇ ਹਟਿਆ ਠੀਕ ਹੈ ਜਿਵੇਂ ਕਿ ਹੁਣ ਜਿਵੇਂ ਜਾਤੀ ਦੇ ਵਿੱਚ ਸੀ ਜਾਤੀ 'ਚ ਅਸੀਂ ਕੀ ਕਰ ਸੀ ਗਿਣਤੀ ਕਰ ਰਹੇ ਸੀਗੇ ਜਿਨ੍ਹਾਂ ਦੀ ਗਿਣਤੀ ਸੰਭਵ ਹੋਵੇ ਤੇ ਪਦਾਰਥ ਦੇ ਵਿੱਚ ਜਿਹੜੇ ਕੀ ਹੈਗੇ ਨੇ ਅਸੀਂ ਪਦਾਰਥਾਂ ਦੇ ਤੌਰ ਤੇ ਜਿਹੜਾ ਹੈ ਤੋਲ ਸਕਦੇ ਆ ਮਿਣ ਸਕਦੇ ਆ ਜਿਵੇਂ ਕਿ ਜਿਸ ਕੱਦੂ ਦਾ ਢੇਰ ਪਿਆ ਠੀਕ ਹੈ ਕੱਦੂ ਤੇ ਖਰਬੂਜਾ ਕੀ ਨੇ ਪਦਾਰਥ ਬੋਧਕ ਲੇਕਿਨ ਜਦੋਂ ਅਸੀਂ ਕਹੀਏ ਵੱਡੇ ਵੱਡੇ ਕੱਦੂ ਦੋ ਕੱਦੂ ਚਾਰ ਕੱਦੂ ਤਾਂ ਇਹ ਕਿਨੇ ਜਾਤੀ ਬੋਧਕ ਬਣ ਜਾਂਦੇ ਨੇ ਜਦੋਂ ਅਸੀਂ ਗਿਣ ਲੈਂਦੇ ਆ ਇਹਨਾਂ ਨੂੰ ਠੀਕ ਹੈ ਤਾਂ ਉਹ ਜਾਤੀ ਵਾਚਕ ਬਣ ਗਏ ਜੇ ਇਹ ਆਪਾਂ ਕਹੀਏ ਵੀ ਕੱਦੂ ਪਏ ਨੇ ਤਾਂ ਉਹ ਕੀ ਹੈਗਾ ਪਦਾਰਤ ਲੇਕਿਨ ਅਗਰ ਅਸੀਂ ਕਹੀਏ ਚਾਰ ਕੱਦੂ ਪਏ ਨੇ ਤਾਂ ਉਹ ਕੀ ਹੈਗਾ ਜਾਤੀ ਬੋਧਕ ਠੀਕ ਹੈ ਉਸ ਤੋਂ ਬਾਅਦ ਹੈ ਭਾਵ ਵਾਚਕ ਜੀ ਜਿਹੜੇ ਕੀ ਹੈ ਅਸੀਂ ਸਿਰਫ ਮਹਿਸੂਸ ਕਰ ਸਕਦੇ ਆ ਅਨੁਭਵ ਕਰ ਸਕਦੇ ਆ ਇਹ ਆਕਾਰ ਰਹਿਤ ਹੁੰਦੇ ਨੇ ਸਿਰਫ ਅਸੀਂ ਕੀ ਕਰ ਸਕਦੇ ਹਾਂ ਇਹਨਾਂ ਨੂੰ ਕੀ ਮਹਿਸੂਸ ਜਾਂ ਅਨੁਭਵ ਕਰ ਸਕਦੇ ਹਾਂ ਹੱਥ ਨਾਲ ਛੂ ਨਹੀਂ ਸਕਦੇ ਵੇਖ ਨਹੀਂ ਸਕਦੇ ਅੱਖਾਂ ਨਾਲ ਸਿਰਫ ਅਸੀਂ ਮਹਿਸੂਸ ਕਰ ਸਕਦੇ ਹਾਂ ਵੀ ਚੰਗਾ ਮਾੜਾ ਠੀਕ ਹੈ ਨੇਕੀ ਇਮਾਨਦਾਰੀ ਬਰਾਈ ਗਰਮੀ ਸਰਦੀ ਸਿਰਫ ਅਸੀਂ ਕੀ ਹੈ ਦੇਖ ਨਹੀਂ ਸਕਦੇ ਅਸੀਂ ਸਿਰਫ ਮਹਿਸੂਸ ਕਰ ਸਕਦੇ ਹਾਂ ਅਮੀਰੀ ਗਰੀਬੀ ਸਿਰਫ ਦੇਖ ਸਕਦੇ ਹਾਂ ਠੀਕ ਹੈ ਸੌਰੀ ਮਹਿਸੂਸ ਕਰ ਸਕਦੇ ਹਾਂ ਠੀਕ ਹੈ ਤਾਂ ਅਮੀਰ ਗਰੀਬ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਅਸੀਂ ਜਿਹੜੇ ਹਾਂ ਗਰੀਬਾਂ ਜਾਂ ਅਸੀਂ ਅਮੀਰਾਂ ਤਾਂ ਇਹ ਸਾਰੇ ਕੀ ਨੇ ਪਾਪ ਜਦੋਂ ਵੀ ਭਾਵਾਂ ਦੀ ਗੱਲ ਹੋ ਜੇ ਇਮੋਸ਼ਨਸ ਦੀ ਗੱਲ ਹੋ ਜੇ ਉਹ ਕੀ ਆ ਪਾਵਾਚਕ ਪਾਵਾਚਕ ਜਿਹੜੇ ਨਾਮ ਹੁੰਦੇ ਨੇ ਪੁਲਿੰਗ ਜਾਂ ਇਸਤਰੀ ਲਿੰਗ ਹੁੰਦੇ ਨੇ ਲਿੰਗ ਦੀ ਮੰਡ ਕਿਸੇ ਵੀ ਨਿਸ਼ਚਿਤ ਅਨੁਸਾਰ ਸਿਧਾਂਤ ਅਨੁਸਾਰ ਨਹੀਂ ਕੀਤੀ ਜਾਂਦੀ ਅਤੇ ਭਾਵਵਾਚਕ ਨਾਵਾਂ ਦੇ ਵਿੱਚ ਕਈਆਂ ਦਾ ਬਹੁਵਚਨ ਬਣਦਾ ਹੈ ਕਈਆਂ ਦਾ ਨਹੀਂ ਬਣਦਾ ਇੱਥੋਂ ਤੱਕ ਕਿ ਕਈਆਂ ਦਾ ਕਰਦੇ ਸੀ ਬਹੁਵਚਨ ਬਣਾ ਲੈਂਦੇ ਨੇ ਤਾਂ ਅਰਥ ਵੀ ਬਹੁਤ ਜ਼ਿਆਦਾ ਜਿਹੜੇ ਨੇ ਬਦਲ ਜਾਂਦੇ ਨੇ ਠੀਕ ਹੈ ਸੋ ਏਸੀ ਅੱਜ ਦਾ ਵੀਡੀਓ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ